ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਅੱਜ ਅਸੀਂ ਆਏ ਹਾਂ ਜੀ ਕੁਆਲਿਟੀ ਫਾਸਟ ਫੂਡ, ਜਿਹੜਾ ਕਿ ਪੈਂਦਾ ਸਸੋਲੀ ਰੋਡ 'ਤੇ ਨੀਅਰ ਜੋਸ਼ੀ ਮੈਡੀਕਲ ਸਟੋਰ। ਅਤੇ ਇਹਨਾਂ ਕੋਲ ਮੈਂ ਸੁਣਿਆ ਯਾਰ 20 ਰੁਪਏ ਦਾ ਬਰਗਰ ਮਿਲਦਾ, ਜਿਹਦੇ ਵਿੱਚ ਤੁਹਾਨੂੰ ਮਿਓਨੀਸ ਮਿਲੇਗੀ, ਜਿਹਦੇ ਵਿੱਚ ਤੁਹਾਨੂੰ ਪਨੀਰ ਮਿਲੇਗਾ, ਅਤੇ ਜਿਹਦੇ ਵਿੱਚ ਤੁਹਾਨੂੰ ਵਧੀਆ ਵਧੀਆ ਸੋਸਿਸ ਪੈ ਕੇ ਵਧੀਆ ਵਧੀਆ ਕੁਆਲਿਟੀ ਨਾਲ ਬਰਗਰ ਤਿਆਰ ਹੋ ਕੇ ਮਿਲੇਗਾ। ਅਤੇ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਕੇ ਇੱਕ ਵਾਰੀ ਫੇਰ ਦੱਸ ਦਿੰਦਾ, ਇਹ ਸਾਹਮਣੇ ਇਹ ਇੱਧਰੋਂ ਆ ਰਿਹਾ ਸਸੋਲੀ ਰੋਡ ਤੋਂ ਰਸਤਾ। ਹਾਂਜੀ, ਕੀ ਹਾਲ ਆ ਭਈਆ, ਕਿਆ ਨਾਮ ਆਪਕਾ? ਰੋਹਿਤ। ਰੋਹਿਤ, ਕੁਆਲਿਟੀ ਫਾਸਟ ਫੂਡ ਆਪ ਹੀ ਚਲਾ ਰਹੇ ਹੋ? ਕਿਆ ਕੁਛ ਬਣਾ ਰਹੇ ਹੋ? ਚਾਉਮੀਨ, ਬਰਗਰ, ਸਪਰਿੰਗ ਰੋਲ, ਮੋਮੋਸ, ਫ੍ਰੈਂਚ ਫ੍ਰਾਈਜ਼। ਅੱਛਾ, ਤੋ ਬੈਸਟ ਕਿਆ ਹੈ, ਸਭ ਤੋਂ ਬੜੀਆ ਕਿਆ ਹੈ? ਸਾਰੀ ਕੁਝ ਬੜੀਆ ਹੈ ਜੀ। ਹਮਾਰ ਕੋ ਕਿਆ ਖਿਲਾਓਗੇ? ਜੋ ਮਰਜ਼ੀ ਖਾ ਲੇ। ਜੋ ਮਰਜ਼ੀ ਖਾ ਲੇ? ਬਰਗਰ। ਬਰਗਰ ਖਾਏ? ਬਰਗਰ ਮੈਂ ਐਸਾ ਕਿਆ ਸਪੈਸ਼ਲ ਹੈ? ਖਾ ਕੇ ਦੇਖਾ। ਖਾ ਕੇ ਦੇਖੀਏ। ਚਲੋ ਠੀਕ ਆ ਭਾਈ, ਬਣਾਓ। ਕਿੰਨੇ ਦਾ ਬਰਗਰ ਹੈ? 20। 20 ਰੁਪਏ ਦਾ? ਠੀਕ ਆ ਭਾਈ, ਬਣਾਓ। ਕੱਢਣ ਨਹੀਂ ਦਿੱਤੇ। ਤੇ ਆ ਟਿੱਕੀ ਫਰਾਈ ਹੋ ਰਹੀ ਹੈ, 20 ਰੁਪਏ ਦਾ ਬਰਗਰ ਹੈ। ਆ ਦੇਖੋ, ਬੰਦ ਦੇਖੋ ਯਾਰ, ਪਹਿਲਾਂ ਕਿੰਨਾ ਵੱਡਾ ਦਿਖਾਇਓ ਭਾਈ। ਅੱਛਾ, ਫਰਾਈ ਬਰਗਰ ਮਿਲੇਗਾ 20 ਰੁਪਏ ਦਾ? ਕਿਆ ਬਾਤ ਹੈ। ਤੇ ਆ ਦੇਖੋ ਯਾਰ, ਫਰਾਈ ਹੋ ਰਿਹਾ ਬਰਗਰ 20 ਰੁਪਏ ਦੇ ਵਿੱਚ ਭਾਈ। ਐਸਾ ਕੀ ਹੈ ਜਿਹੜਾ ਕੁਛ ਇਸ ਪੈਣਾ ਹੈ? 20 ਰੁਪਏ ਮੈਂ ਕਿਆ ਕੁਛ ਡਾਲੋਗੇ ਇਸਮੇ? ਵੈਜੀਟੇਬਲ ਹੈ ਜੀ। ਅੱਛਾ, ਅੱਛਾ, ਪਨੀਰ। ਤੇ ਇਹ ਕਿਆ ਡਾਲਾ ਵੀ ਆਪਨੇ? ਚਾਟ ਮਸਾਲਾ। ਚਾਟ ਮਸਾਲਾ ਇਹ। ਤੇ ਆ ਦੇਖੋ, ਇਹ ਸਾਡਾ ਬਰਗਰ ਤਿਆਰ ਹੋ ਰਿਹਾ ਜੀ। ਆ ਪੈ ਗਿਆ ਵਿੱਚ ਪਿਆਜ਼ ਤੇ ਟਿੱਕੀ ਆ ਗਈ ਹੈ ਬਾਹਰ ਨਿਕਲ ਕੇ। ਆ ਦੇਖੋ, ਆ ਦੇਖੋ ਲੱਗ ਗਈ ਟਿੱਕੀ। ਇਹ ਕੀ ਆ ਭਾਜੀ, ਇਹ ਕਿਆ ਡਾਲ ਰਹੇ ਹੋ? ਪਨੀਰ। 20 ਰੁਪਏ ਮੈਂ ਪਨੀਰ ਦੇ ਰਹੇ ਹੋ? ਕਿਆ ਬਾਤ ਹੈ, ਇਸਮੇਂ ਬਚਤਾ ਕਿਆ ਹੋਗਾ ਆਪਕੋ? ਕਿਆ ਬਾਤ, ਪੈਸੇ ਨਹੀਂ ਕਮਾਉਣੇ ਕਿਆ? ਆ ਦੇਖੋ ਯਾਰ, ਕਿੰਨਾ ਵੱਡਾ ਪਨੀਰ ਦਾ ਸਲਾਈ ਕਮਾਉਣੇ। ਅੱਛਾ, ਚਾਉਮੀਨ ਵੀ ਰੱਖ ਰਹੇ ਹੋ? ਇੰਨਾ ਕੁਛ ਪਾ ਤੀ, ਟਿੱਕੀ ਪਾ ਤੀ, ਪਨੀਰ ਪਾ ਤਾ, ਨੂਡਲ ਪਾ ਤੇ, ਤੇ 20 ਰੁਪਏ ਦਾ ਬਰਗਰ ਬਣਾ ਤਾ। ਤਿਆਰ ਹੈ, ਕਰੀਏ ਟੇਸਟ। ਚਲੋ ਯਾਰ, ਸਾਡਾ ਬਰਗਰ ਸਾਡੇ ਕੋਲ ਆ ਗਿਆ ਜੀ। ਆ ਦੇਖੋ ਕਿੰਨਾ ਵੱਡਾ ਬੰਦ ਹੈਗਾ, ਵਿੱਚ ਸਾਰੀ ਕੁਛ ਮੇਕਿੰਗ ਤੁਸੀਂ ਦੇਖ ਲਈ ਹੈ। ਨਾਲ ਆਈ ਹੈ ਗਾਰਲਿਕ ਸੋਸ ਤੇ ਨਾਲ ਆਈ ਹੈ ਟੋਮੈਟੋ ਸੋਸ। ਇਹਦੇ ਕਰਕੇ ਯਾਰ 20 ਰੁਪਏ ਦਾ ਬਰਗਰ ਤੁਸੀਂ ਦੇਖੋ, ਇੱਥੇ 20 ਤੇ 8 ਹੀ ਪਈ ਹੋਣੀ ਆ। ਯਾਰ ਦੇਖਣ 'ਚ ਮੈਨੂੰ ਲੱਗ ਰਿਹਾ ਕਾਫੀ ਵਧੀਆ ਹੋਣ ਵਾਲਾ, ਬਾਕੀ ਖਾ ਕੇ ਪਤਾ ਲੱਗੇਗਾ। ਹਾਂ, ਓਵਰਲੋਡ ਹੋਇਆ ਵਾ ਕੰਮ ਸਾਰਾ। ਭਾਈ ਬਰਗਰ ਇੰਨਾ ਸਵਾਦ ਹੈ ਨਾ ਯਾਰ, ਇਹ ਵਾਲਾ ਬਰਗਰ ਖਾ ਕੇ ਸਵਾਦ ਆ ਗਿਆ। 20 ਰੁਪਏ ਦੇ ਵਿੱਚ ਤੁਹਾਨੂੰ ਪਨੀਰ ਵੀ ਵਧੀਆ ਮਿਲ ਰਿਹਾ, ਸੋਸਿਸ ਤਾਂ ਕਾਫੀ ਵਧੀਆ ਕਮਾਲ ਆ ਰਿਹਾ, ਚਾਉਮੀਨ ਵੀ ਕਾਫੀ ਵਧੀਆ। ਤੇ ਤੁਸੀਂ ਆ ਕੇ ਖਾਇਓ ਜੀ। ਲੋਕੇਸ਼ਨ ਤੁਹਾਨੂੰ ਆਪਾਂ ਦੱਸ ਦਈਏ, ਟਾਈਮਿੰਗ ਹੈਗੀ ਹੈ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 10:30 ਤੱਕ, ਸੰਡੇ ਮੰਡੇ ਐਵਰੀਡੇ ਓਪਨ ਹੈ। ਆਇਓ ਤੇ ਵੀਡੀਓ ਸ਼ੇਅਰ ਕਰਦੇ ਜਾਇਓ। ਤੁਸੀਂ ਇੱਥੇ ਆਉਣਾ ਚਾਹੁੰਦੇ ਹੋ, ਉਹਨਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਨਵੀਂ ਵੀਡੀਓ ਦੇ ਅਨੁਸਾਰ ਨੂੰ ਪਿਆਰ ਕਰੋ, ਸਤਿ ਸ਼੍ਰੀ ਅਕਾਲ।